ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਫ ਸਟੱਡੀ ਦੇ ਵਿੱਚ ਸੋ ਸਾਇੰਸ ਵਿਸ਼ੇ ਦਾ ਫੂਡ ਐਂਡ ਨਿਊਟ੍ਰੀਸ਼ਨ ਦਾ ਟੌਪਿਕ ਜੋ ਆਪਣਾ ਚੱਲ ਰਿਹਾ ਉਸ ਦੀ ਅਗਲੀ ਕਲਾਸ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਤੇ ਇਹ ਪੇਪਰਵਾਰਡ اٹੈਂਡੈਂਟ ਪੀਐਸਟੈਟ ਸੀਟੈਟ ਤੇ ਹੋਰ ਜੋ ਵੀ ਸੋ ਪੇਪਰਾਂ ਦੇ ਵਿੱਚ ਸਾਇੰਸ ਸਬਜੈਕਟ ਤੇ ਪ੍ਰਸ਼ਨ ਪੁੱਛੇ ਜਾਂਦੇ ਹਨ ਉਹਨਾਂ ਲਈ ਅੱਜ ਦੀ ਇਹ ਕਲਾਸ ਤੁਹਾਡੀ ਰਹੇਗੀ ਤੇ ਇਸ ਤੋਂ ਬਿਨਾਂ ਹੋਰ ਵੀ ਆਪਣੇ ਕਲਾਸਾਂ ਚੱਲਦੇ ਰਹਿੰਦੇ ਨੇ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਸ਼ਨ ਨੰਬਰ 21 ਊਰਜਾ ਉਤਪਾਦਨ ਲਈ ਕਿਹੜਾ ਵਿਟਾਮਿਨ ਸਹਾਇਕ ਹੈ ਊੜਾ ਵਿਟਾਮਿਨ A ਆੜਾ ਵਿਟਾਮਿਨ B E ਡੀ ਵਿਟਾਮਿਨ C ਸਸਾ ਵਿਟਾਮਿਨ D ਤਾਂ ਇਸ ਦਾ ਸਹੀ ਜਵਾਬ ਹੈ ਜੀ ਉਹ ਹੈ ਊੜਾ ਵਿਟਾਮਿਨ A ਊਰਜਾ ਉਤਪਾਦਨ ਲਈ ਵਿਟਾਮਿਨ A ਸਹਾਇਕ ਹੈ ਬਾਦਿਆਂ ਅਗਲੇ ਪ੍ਰਸ਼ਨ ਦੇ ਵੱਲ ਪ੍ਰਸ਼ਨ ਨੰਬਰ 22 ਸਰੀਰ ਨੂੰ ਤੰਦਰੁਸਤ ਰੱਖਣ ਲਈ ਕਿਹੜਾ ਵਿਟਾਮਿਨ ਸਹਾਇਕ ਹੈ ਊੜਾ ਵਿਟਾਮਿਨ A ਆੜਾ ਵਿਟਾਮਿਨ B E ਡੀ ਵਿਟਾਮਿਨ C ਸਸਾ ਵਿਟਾਮਿਨ ਡੀ ਤਾਂ ਇਸ ਦਾ ਸਹੀ ਜਵਾਬ ਹੈ ਉਹ ਹੈ ਈ ਡੀ ਵਿਟਾਮਿਨ ਸੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਵਿਟਾਮਿਨ ਸੀ ਸਹਾਇਕ ਹੈ ਤਾਂ ਪ੍ਰਸ਼ਨ ਨੰਬਰ 23 ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਣ ਲਈ ਕਿਹੜਾ ਵਿਟਾਮਿਨ ਸਹਾਇਕ ਹੈ ਆਊੜਾ ਵਿਟਾਮਿਨ ਏ ਆੜਾ ਵਿਟਾਮਿਨ ਬੀ ਈ ਡੀ ਵਿਟਾਮਿਨ ਸੀ ਸਸਾ ਵਿਟਾਮਿਨ ਡੀ ਤਾਂ ਇਸ ਦਾ ਸਹੀ ਜਵਾਬ ਹੈ ਜੀ ਸਸਾ ਵਿਟਾਮਿਨ ਡੀ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਣ ਵਿੱਚ ਸਹਾਇਤਾ ਕਰਦਾ ਹੈ ਜੀ ਇਹ ਵਿਟਾਮਿਨ ਤਾਂ ਪ੍ਰਸ਼ਨ ਨੰਬਰ 24 ਖੂਨ ਦੇ ਗਤਲੇ ਬੰਨਣ ਲਈ ਕਿਹੜਾ ਵਿਟਾਮਿਨ ਸਹਾਇਕ ਹੈ ਊੜਾ ਵਿਟਾਮਿਨ ਕੇ ਆੜਾ ਵਿਟਾਮਿਨ ਬੀ ਈ ਡੀ ਵਿਟਾਮਿਨ ਸੀ ਸਸਾ ਵਿਟਾਮਿਨ ਡੀ ਤਾਂ ਇਸ ਦਾ ਸਹੀ ਜਵਾਬ ਹੈ ਜੋ ਹੈ ਊੜਾ ਵਿਟਾਮਿਨ ਕੇ ਵਿਟਾਮਿਨ ਕੇ ਖੂਨ ਦੀਆਂ ਗੰਡਾ ਬੰਨਦਾ ਜੋ ਖੂਨ ਵਹਿਣਾ ਸ਼ੁਰੂ ਹੋ ਜਾਂਦਾ ਤਾਂ ਉੱਥੇ ਖੂਨ ਨੂੰ ਜਮਾ ਦਿੰਦਾ ਹੈ ਪ੍ਰਸ਼ਨ ਨੰਬਰ 25 ਕਿਹੜਾ ਵਿਟਾਮਿਨ ਸਰੀਰ ਵਿੱਚਲੇ ਪਦਾਰਥਾਂ ਤੋਂ ਪੈਦਾ ਹੁੰਦਾ ਹੈ ਊੜਾ ਵਿਟਾਮਿਨ ਏ ਆੜਾ ਵਿਟਾਮਿਨ ਬੀ ਕਿਹੜੀ ਵਿਟਾਮਿਨ ਸੀ ਸਸਾ ਵਿਟਾਮਿਨ ਡੀ ਤਾਂ ਇਸਦਾ ਜੋ ਸਹੀ ਜਵਾਬ ਹੈ ਜੀ ਉਹ ਹੈ ਸਸਾ ਵਿਟਾਮਿਨ ਡੀ ਵਿਟਾਮਿਨ ਡੀ ਜੋ ਹੈ ਆਪਣੇ ਸਰੀਰ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ ਬਸ ਇਸ ਨੂੰ ਬਾਹਰੋਂ ਰੋਸ਼ਨੀ ਦੀ ਲੋੜ ਹੁੰਦੀ ਹੈ ਧੁੱਪ ਦੀ ਤਾਂ ਵਾਧਦੇ ਅਗਲੇ ਪ੍ਰਸ਼ਨ ਨੰਬਰ 26 ਕਿਹੜਾ ਵਿਟਾਮਿਨ ਬੁਢਾਪੇ ਦੇ ਪ੍ਰਭਾਵ ਤੋਂ ਬਚਾਉਂਦਾ ਹੈ ਊੜਾ ਵਿਟਾਮਿਨ ਈ ਆੜਾ ਵਿਟਾਮਿਨ ਬੀ ਈਡੀ ਵਿਟਾਮਿਨ ਸੀ ਸਸਾ ਵਿਟਾਮਿਨ ਡੀ ਤਾਂ ਇਸਦਾ ਸਹੀ ਜਵਾਬ ਜੀ ਹੋਇਆ ਊੜਾ ਵਿਟਾਮਿਨ ਈ ਵਿਟਾਮਿਨ E ਬੁਢਾਪੇ ਦੇ ਪ੍ਰਭਾਵ ਤੋਂ ਬਚਾਉਂਦਾ ਹੈ ਤਾਂ ਪ੍ਰਸ਼ਨ ਨੰਬਰ 27 ਸੈੱਲ ਦੀ ਛਿੱਲੀ ਨੂੰ ਬਚਾਈ ਰੱਖਣ ਲਈ ਕਿਹੜਾ ਵਿਟਾਮਿਨ ਸਹਾਇਕ ਹੈ ਊੜਾ ਵਿਟਾਮਿਨ E ਆੜਾ ਵਿਟਾਮਿਨ B ਈ ਡੀ ਵਿਟਾਮਿਨ C ਸਸਾ ਵਿਟਾਮਿਨ D ਤਾਂ ਇਹਦਾ ਸਹੀ ਜਵਾਬ ਜੋ ਹੈ ਉਹ ਹੈ ਊੜਾ ਵਿਟਾਮਿਨ E ਵਿਟਾਮਿਨ E ਸੈੱਲ ਦੀ ਛਿੱਲੀ ਨੂੰ ਬਚਾ ਕੇ ਰੱਖਦਾ ਹੈ ਜੀ ਤਾਂ ਪ੍ਰਸ਼ਨ ਨੰਬਰ 28 ਸੁੰਦਰਤਾ ਵਧਾਉਣ ਲਈ ਕਿਹੜਾ ਵਿਟਾਮਿਨ ਸਹਾਇਕ ਹੈ ਊੜਾ ਵਿਟਾਮਿਨ E ਦਾ ਵਿਟਾਮਿਨ B E D ਵਿਟਾਮਿਨ C ਸਸਾ ਵਿਟਾਮਿਨ D ਤਾਂ ਇਸ ਦਾ ਜੋ ਸਹੀ ਜਵਾਬ ਹੈ ਜੀ ਉਹ ਹੈ ਊੜਾ ਵਿਟਾਮਿਨ E ਵਿਟਾਮਿਨ E ਸੁੰਦਰਤਾ ਨੂੰ ਬਣਾਉਣ ਲਈ ਸਹਾਇਕ ਹੈ ਜੀ ਪ੍ਰਸ਼ਨ ਨੰਬਰ 29 ਖੂਨ ਵਗਣ ਤੋਂ ਕਿਹੜਾ ਵਿਟਾਮਿਨ ਰੋਕਦਾ ਹੈ ਊੜਾ ਵਿਟਾਮਿਨ A ਆੜਾ ਵਿਟਾਮਿਨ B E D ਵਿਟਾਮਿਨ C ਸਸਾ ਵਿਟਾਮਿਨ K ਤਾਂ ਇਸ ਦਾ ਜੋ ਸਹੀ ਜਵਾਬ ਹੈ ਉਹ ਹੈ ਵਿਟਾਮਿਨ K ਸ ਸ ਇਸ ਦਾ ਜੋ ਸਹੀ ਜਵਾਬ ਹੈ ਜੀ ਉਹ ਹੈ ਵਿਟਾਮਿਨ ਕੇ ਵਿਟਾਮਿਨ ਕੇ ਖੂਨ ਨੂੰ ਪਗਣ ਤੋਂ ਰੋਕਦਾ ਹੈ। ਪ੍ਰਸ਼ਨ ਨੰਬਰ 30 ਮਨੁੱਖੀ ਅੰਦਰ ਵਿੱਚ ਮੌਜੂਦ ਅੰਦਰ ਦੁਆਰਾ ਬਣਾਇਆ ਜਾਣ ਵਾਲਾ ਵਿਟਾਮਿਨ ਕਿਹੜਾ ਹੈ? ਊੜਾ ਵਿਟਾਮਿਨ ਏ, ਆੜਾ ਵਿਟਾਮਿਨ ਬੀ, ਈ ਡੀ ਵਿਟਾਮਿਨ ਸੀ, ਸ ਸ ਵਿਟਾਮਿਨ ਕੇ 2। ਮਨੁੱਖੀ ਅੰਦਰ ਵਿੱਚ ਵਿਟਾਮਿਨ ਕੇ 2 ਹੈ ਜਿਹੜਾ ਉਹ ਅੰਦਰਲੀ ਅੰਦਰ ਦੁਆਰਾ ਬਣਾਇਆ ਜਾਂਦਾ ਹੈ। ਪ੍ਰਸ਼ਨ ਨੰਬਰ 31 ਦੰਦਾਂ ਅਤੇ ਮਸੂੜਿਆਂ ਨੂੰ ਕਿਹੜਾ ਵਿਟਾਮਿਨ ਸਿਹਤਮੰਦ ਰੱਖਦਾ ਹੈ ਵਿਟਾਮਿਨ ਏ ਵਿਟਾਮਿਨ ਬੀ ਵਿਟਾਮਿਨ ਸੀ ਵਿਟਾਮਿਨ ਡੀ ਤਾਂ ਇਹਨਾਂ ਦੇ ਵਿੱਚੋਂ ਇਸ ਦਾ ਜੋ ਸਹੀ ਜਵਾਬ ਹੈ ਉਹ ਹੈ ਈਡੀ ਵਿਟਾਮਿਨ ਸੀ ਵਿਟਾਮਿਨ ਸੀ ਹੈ ਜਿਹੜਾ ਉਹ ਦੰਦਾਂ ਤੇ ਮਸੂੜਿਆਂ ਲਈ ਲਾਭਦਾਇਕ ਹੈ ਪ੍ਰਸ਼ਨ ਨੰਬਰ 32 ਸਰੀਰ ਦੇ ਸੈੱਲਾਂ ਨੂੰ ਕਿਹੜਾ ਵਿਟਾਮਿਨ ਜੋੜ ਕੇ ਰੱਖਦਾ ਹੈ ਵਿਟਾਮਿਨ ਏ ਵਿਟਾਮਿਨ ਬੀ ਵਿਟਾਮਿਨ ਸੀ ਵਿਟਾਮਿਨ ਡੀ ਤਾਂ ਇਸ ਦਾ ਜੋ ਸਹੀ ਜਵਾਬ ਹੈ ਜੀ ਉਹ ਹੈ ਈਡੀ ਵਿਟਾਮਿਨ ਸੀ ਸੈੱਲਾਂ ਨੂੰ ਜੋੜ ਕੇ ਰੱਖਣ ਵਾਲਾ ਵਿਟਾਮਿਨ ਸੀ ਪ੍ਰਸ਼ਨ ਨੰਬਰ 33 ਖਣਿਜਾਂ ਦੀ ਸਾਡੇ ਸਰੀਰ ਨੂੰ ਕਿੰਨੀ ਜ਼ਰੂਰਤ ਹੁੰਦੀ ਹੈ ਜਿਆਦਾ ਬਹੁਤ ਜਿਆਦਾ ਘੱਟ ਜਾਂ ਬਹੁਤ ਘੱਟ ਤਾਂ ਇਸ ਦਾ ਜੋ ਸਹੀ ਜਵਾਬ ਹੈ ਜੀ ਉਹ ਹੈ ਸ ਬਹੁਤ ਘੱਟ ਖਣਿਜਾਂ ਦੀ ਸਾਡੇ ਸਰੀਰ ਨੂੰ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਜ਼ਰੂਰਤ ਹੁੰਦੀ ਹੈ। ਪ੍ਰਸ਼ਨ ਨੰਬਰ 34 ਲਹੂ ਵਿੱਚ ਲਾਲ ਰੰਗਾਂ ਦੇ ਨਿਰਮਾਣ ਲਈ ਕਿਸ ਦੀ ਜ਼ਰੂਰਤ ਹੁੰਦੀ ਹੈ? ਲੋਹੇ ਦੀ, ਪ੍ਰੋਟੀਨ ਦੀ, ਵਿਟਾਮਿਨ ਦੀ, ਖਣਿਜਾਂ ਦੀ। ਇਸ ਦਾ ਸਹੀ ਜਵਾਬ ਊੜਾ ਲੋਹੇ ਦੀ। ਲਹੂ ਵਿੱਚ ਜੋ ਲਾਲ ਰੰਗਕ ਹੁੰਦੇ ਨੇ ਉਹ ਲੋਹੇ ਦੇ ਕਾਰਨ ਬਣਦੇ ਹਨ। ਪ੍ਰਸ਼ਨ ਨੰਬਰ 35 ਪੌਦਿਆਂ ਵਿੱਚ ਕਲੋਰੋਫਿਲ ਨਿਰਮਾਣ ਲਈ ਕਿਸ ਦੀ ਜ਼ਰੂਰਤ ਹੁੰਦੀ ਹੈ ਲੋਹੇ ਦੀ ਪਾਣੀ ਦੀ ਉਪਰੋਕਤ ਦੋਵੇਂ ਹੀ ਜਾਂ ਕੋਈ ਵੀ ਨਹੀਂ ਤਾਂ ਇਸ ਦਾ ਸਹੀ ਜਵਾਬ ਹੈ ਊੜਾ ਲੋਹੇ ਦੀ ਪੌਦਿਆਂ ਵਿੱਚ ਕਲੋਰੋਫਿਲ ਨਿਰਮਾਣ ਲਈ ਲੋਹੇ ਦੀ ਜ਼ਰੂਰਤ ਹੁੰਦੀ ਹੈ ਪ੍ਰਸ਼ਨ ਨੰਬਰ 36 ਦੰਦਾਂ ਦੇ ਬਣ ਲਈ ਕਿਸ ਦੀ ਜ਼ਰੂਰਤ ਹੁੰਦੀ ਹੈ ਊੜਾ ਕੈਲਸ਼ੀਅਮ ਆੜਾ ਫਾਸਫੋਰਸ ਈੜੀ ਉਪਰੋਕਤ ਦੋਵੇਂ ਸੱਸਾ ਕੋਈ ਨਹੀਂ ਤਾਂ ਇਹਦਾ ਜੋ ਸਹੀ ਜਵਾਬ ਹੈ ਈਡੀ ਉਪਰੋਕਤ ਦੋਵੇਂ ਕੈਲਸ਼ੀਅਮ ਅਤੇ ਫਾਸਫੋਰਸ ਦੋਵੇਂ ਹੀ ਦੰਦਾਂ ਦੇ ਬਣਨ ਲਈ ਸਹਾਇਕ ਨੇ ਪ੍ਰਸ਼ਨ ਨੰਬਰ 37 ਥਾਇਰੋਇਡ ਗ੍ਰੰਥੀ ਦੇ ਸਹੀ ਕੰਮ ਕਰਨ ਲਈ ਕਿਸ ਦੀ ਜ਼ਰੂਰਤ ਹੁੰਦੀ ਹੈ ਊੜਾ ਲੋਹੇ ਦੀ ਆੜਾ ਆयोडीਨ ਦੀ ਈਡੀ ਕੈਲਸ਼ੀਅਮ ਦੀ ਸਸਾ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਜਵਾਬ ਹੈ ਆੜਾ ਆयोडीਨ ਦੀ ਥਾਇਰੋਇਡ ਗ੍ਰੰਥੀ ਦੇ ਸਹੀ ਕੰਮ ਕਰਨ ਲਈ ਆयोडीਨ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਸਾਨੂੰ ਨਮਕ ਤੋਂ ਪ੍ਰਾਪਤ ਹੁੰਦਾ ਹੈ। ਪ੍ਰਸ਼ਨ 38 ਮਾਸਪੇਸ਼ੀਆਂ ਦੇ ਸੰਗੜਨ ਲਈ ਕੀ ਮਹੱਤਵਪੂਰਨ ਹੈ? ਊੜਾ ਕੈਲਸ਼ੀਅਮ ਆੜਾ ਸੋਡੀਅਮ ਈੜੀ ਚਰਬੀ ਸੱਸਾ ਆਇਓਡਿਨ ਤਾਂ ਇਸ ਦਾ ਸਹੀ ਜਵਾਬ ਹੈ ਜੀ ਆੜਾ ਸੋਡੀਅਮ ਮਾਸਪੇਸ਼ੀਆਂ ਦੇ ਸੰਗੜਨ ਦੇ ਲਈ ਸੋਡੀਅਮ ਬਹੁਤ ਹੀ ਮਹੱਤਵਪੂਰਨ ਹੈ। ਪ੍ਰਸ਼ਨ ਨੰਬਰ 39 ਨਾੜੀ ਪ੍ਰਣਾਲੀ ਦੇ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕੌਣ ਕਰਦਾ ਹੈ? ਊੜਾ ਲੋਹਾ ਆੜਾ ਪਾਣੀ ਈਡੀ ਸੋਡੀਅਮ ਸ ਖੂਨ ਤਾਂ ਇਸ ਦਾ ਸਹੀ ਜਵਾਬ ਹੈ ਜੀ ਉਹ ਹੈ ਈਡੀ ਸੋਡੀਅਮ ਨਾੜੀ ਪ੍ਰਣਾਲੀ ਦੇ ਸੰਦੇਸ਼ਾਂ ਦਾ ਆਦਾਨ ਪਰਤਦਾਨ ਕਰਦਾ ਹੈ ਜੀ ਸੋਡੀਅਮ ਪ੍ਰਸ਼ਨ ਨੰਬਰ 40 ਸਾਡੇ ਸਰੀਰ ਦਾ ਕਿੰਨਾ ਭਾਗ ਪਾਣੀ ਹੈ ਊੜਾ 2/3 ਆੜਾ 1/4 ਈਡੀ 1/3 ਸ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਜਵਾਬ ਹੈ ਉਹ ਹੈ ਊੜਾ 2/3 ਸਾਡੇ ਸਰੀਰ ਦਾ 2/3 ਹਿੱਸਾ ਪਾਣੀ ਹੈ ਜੀ ਤਾਂ ਏਸੀ ਆਪਣੀ ਅੱਜ ਦੀ ਸਾਇੰਸ ਦੀ ਕਲਾਸ ਜਿਸ ਦੇ ਵਿੱਚ ਅਸੀਂ ਤੁਹਾਨੂੰ ਫੂਡ ਅਤੇ ਨਿਊਟ੍ਰੀਸ਼ਨ ਦਾ ਟੌਪਿਕ ਕਰਵਾਇਆ ਹੈ ਤੇ ਇਹ ਪੇਪਰਾਂ ਦੇ ਵਿੱਚ ਸੀਟੈਟ ਪੀਟੈਟ ਵਾਰਡ اٹੈਂਡੈਂਟ ਤੇ ਹੋਰ ਵੀ ਪੇਪਰਾਂ ਦੇ ਵਿੱਚ ਤੁਹਾਨੂੰ ਇਸ ਦੇ ਨਾਲ ਦੇ ਪ੍ਰਸ਼ਨ ਮਿਲਣਗੇ ਸੋ ਇਸ ਤਰ੍ਹਾਂ ਆਪਾਂ ਨੇ ਹੋਰ ਵੀ ਸਬਜੈਕਟਾਂ ਦੀ ਤਿਆਰੀ ਆਪਣੇ ਇਸ ਚੈਨਲ ਉੱਤੇ ਸ਼ੁਰੂ ਕਰਵਾਈ ਹੋਈ ਹੈ ਤਾਂ ਇਸ ਦੇ ਨਾਲ ਜੁੜਨ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਹਨਾਂ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਹ ਵੀ ਇਹਨਾਂ ਦਾ ਫਾਇਦਾ ਉਠਾ ਸਕਣ ਤਾਂ ਇਸ ਤਰ੍ਹਾਂ ਹਰ ਤਰ੍ਹਾਂ ਦੇ ਪੇਪਰ ਦੀ ਤਿਆਰੀ ਕਰਨ ਲਈ ਆਪਣੇ ਚੈਨਲ ਦੇ ਨਾਲ ਜ਼ਰੂਰ ਜੁੜੋ ਤਦ ਤੱਕ ਤੁਹਾਡਾ ਧੰਨਵਾਦ